देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। देश के प्रधानमंत्री नरेंद्र मोदी ने देशवासियों नूं दिवाली दी वधाइयां दित्तियां। इस मौके पीएम मोदी ने ट्वीट करदिया लिखिया कि इह दिवाली सब लई खुशियां भरी होवे, सब दी चंगी सेहत दी कामना कीती। इस दे नाल ही पीएम मोदी ने देशवासियों नूं अपील कीती कि ओह अपने आले दुआले एक दीवा देश दे जवानां दे नाम दा जलाण ਤਾਂ ਜੋ ਉਹਨਾਂ ਦੀ ਬਹਾਦਰੀ ਨੂੰ ਇਸੇ ਤਰੀਕੇ ਨਾਲ ਯਾਦ ਕੀਤਾ ਜਾਵੇ। ਪੀਐਮ ਮੋਦੀ ਤੋਂ ਇਲਾਵਾ ਦਿੱਲੀ ਦੇ ਸੀਐਮ ਕੇਜਰੀਵਾਲ ਅਤੇ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੀਐਮ ਕੇਜਰੀਵਾਲ ਨੇ ਪੰਜਾਬੀ 'ਚ ਟਵੀਟ ਕਰਦਿਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਦੱਸਦੇ ਕਿ ਦੇਸ਼ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦਾ ਸੰਕਟ ਬਰਕਰਾਰ ਹੈ। ਇਸੇ ਦਰਮਿਆਨ ਦੇਸ਼ ਵਾਸੀ ਅੱਜ ਦੀਵਾਲੀ ਦਾ ਤਿਉਹਾਰ ਮਨਾ ਰਹੇ ਨੇ ਅਤੇ ਇਸ ਦੇ ਚੱਲਦਿਆਂ ਪੀਐਮ ਮੋਦੀ, ਸੀਐਮ ਕੈਪਟਨ अरविंद केजरीवाल ते राहुल गांधी वालों सबनु दिवाली दी मुबारकबाद दित्ती गई अते चंगे सेहत दी कामना कीती गई। ब्यूरो रिपोर्ट दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मियां रफीक मोहम्मद मोबाइल 84374 94 647 84374 94 648। ਹਰਜਿੰਦਰ ਸਿੰਘ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ। ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਤੇ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਵਾਰ ਗ੍ਰੀਨ ਦੀਵਾਲੀ ਪਟਾਕੇ ਘੱਟ ਚਲਾ ਕੇ ਮਨਾਉਣ। ਮੈਂ ਕਮਲ ਚੈਟਲੀ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ, ਕਿਉਂਕਿ ਦੀਵਾਲੀ ਇੱਕ ਐਸਾ ਤਿਉਹਾਰ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਔਰ ਤਕਰੀਬਨ ਸਾਡੇ ਸਾਰੇ ਧਰਮਾਂ ਦਾ ਤਿਉਹਾਰ ਹੈ। ਔਰ ਮੈਂ ਨਾਲ ਪ੍ਰਾਰਥਨਾ ਵੀ ਕਰਦਾ ਕਿ ਜਿਹੜੀ ਐਕਤੀ ਦੀਵਾਲੀ ਆਪਾਂ ਮਨਾਉਣੀ ਹੈ, ਇਹ ਦੀਵਾਲੀ ਪੋਲਿਊਸ਼ਨ ਰਹਿਤ ਦੀਵਾਲੀ ਮਨਾਉਣੀ ਹੈ। ਇਸ ਯੂ ਅ ਵੈਰੀ ਹੈਪੀ ਦੀਵਾਲੀ ਟੂ ਆਲ ਆਫ ਯੂ। ਮੇ ਦਿਸ ਫੈਸਟੀਵਲ ਆਫ ਲਾਈਟਸ ਬ੍ਰਿੰਗ ਹੈਪੀਨੈਸ ਐਂਡ ਜੋਏ ਇਨ ਯੋਰ ਲਾਈਫ। ਐਜ਼ ਵੀ ਨੋ ਕਰੋਨਾ ਪੈਂਡਾਮਿਕ ਇਜ਼ ਸਟਿਲ ਐਕਟਿਵ, ਸੋ ਵੀ ਸ਼ੁੱਡ ਅਵੋਇਡ ਫਾਇਰਵਰਕਸ। Stay home, stay happy. Again, once again, happy Diwali to all.